ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ ਤੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਫਿਰ ਕਰਦੇ ਹਾਂ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸ਼ੁਰੂਆਤ ਦਿੱਲੀ ਤੋਂ ਕਰਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਪੰਜਵਾਂ ਸੰਮਣ ਭੇਜ ਦਿੱਤਾ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਜਾ ਰ ਤੇ ਦੂਸਰੇ ਪਾਸੇ ਹੇਮਤੂ ਸੁਰੇਨ ਹੋਰਾਂ ਨੂੰ ਵੀ ਇਹੜੀ ਨੇ ਪੁਸ਼ਕਿਸ਼ ਲਈ ਸੱਦਿਆ ਕਈ ਵਾਰ ਸੱਦਿਆ ਇਹ ਗੱਲ ਕਿੰਧਾ ਨੂੰ ਜਾਂਦੀ ਲੱਗਦੀ ਹੈ ਜੀ ਦੇਖੋ ਜਿਉਂ-ਜਿਉਂ ਚੋਣਾਂ ਨਿੜਿਆ ਆਉਂਦੀਆਂ ਪਈਆਂ ਗੱਲ ਮੇਰੀ ਨਹੀਂ ਕਿ ਮੈਂ ਕੀ ਕਹਿੰਨਾ ਭਾਰਤ ਦੇ ਲੋਕਾਂ 'ਚ ਇਹ ਪ੍ਰਭਾਵ ਬਣਦਾ ਜਾ ਰਿਹਾ ਕਿ ਕੇਂਦਰ ਸਰਕਾਰ ਦੇ ਤੇ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੇਂਦਰੀ ਏਜੰਸੀਆਂ ਵਿਰੋਧੀ ਧਿਰ ਦੇ ਆਗੂਆਂ ਦੇ ਮਗਰ ਪੈ ਗਈਆਂ ਉਹਨਾਂ ਨੂੰ ਚੋਣ ਵਿੱਚ ਮੈਦਾਨ ਵਿੱਚ ਨਿਕਲਣ ਦੇਣਾ ਹੀ ਨਹੀਂ ਚਾਹੁੰਦੀਆਂ ਇੱਕ ਹੱਦ ਹੁੰਦੀ ਹੈ ਇਹ ਬਹੁਤ ਹੱਦ ਤੋਂ ਅੱਗੇ ਲੰਘਦੇ ਜਾ ਰਹੇ ਜੀ ਇਸ ਢੰਗ ਨਾਲ ਕਾਰਵਾਈ ਕਰਦੇ ਪਏ ਨੇ ਕਿ ਅੱਜ ਇਹਨੂੰ ਖਿੱਚ ਲਿਆ ਕੱਲ ਨੂੰ ਖਿੱਚ ਲਿਆ ਪਰਸੋਂ ਨੂੰ ਖਿੱਚ ਲਿਆ ਲਿਸਟਾਂ ਪਹਿਲਾਂ ਤਿਆਰ ਨੇ ਔਰ ਖੁੱਲੇ ਤੌਰ ਤੇ ਇਹ ਆਖਿਆ ਜਾ ਰਿਹਾ ਕਿ ਜਿਹੜਾ ਕੋਈ ਜਿੰਨਾ ਮਰਜੀ ਕ腐ਟ ਹੋਵੇ ਸਿਖਰਾਂ ਦਾ ਕ腐ਟ ਹੋਵੇ ਜੋ ਭਾਜਪਾ ਚ ਸ਼ਾਮਲ ਹੋ ਜਾਵੇ ਤੇ ਰਾਤੋਂ ਰਾਤ ਸਾਰੇ ਉਹਦੇ ਪਾਪ ਧੋਤੇ ਜਾਂਦੇ ਆ ਭਾਜਪਾ ਨਾ ਹੋਗੀ ਇੱਕ ਗੰਗਾ ਬਣਾ ਲਈ ਤਰਬੈਣੀ ਦਾ ਸੰਗਮ ਬਣਾ ਲਿਆ ਜਿੱਥੇ ਜਾ ਕੇ ਟੁਕੀ ਮਾਰੋ ਤੇ ਕੁੰਭ ਦੇ ਇਸ਼ਨਾਨ ਜਿੰਨਾ ਪੁੰਨ ਲੱਗਦਾ ਇਹਨਾਂ ਨੇ ਲੋਕਤੰਤਰ ਨੂੰ ਇੱਕ ਤਰ੍ਹਾਂ ਨਾਲ ਹੋ ਜੀ ਦਿਖ ਦਿੱਤੀ ਹੈ ਜਿਹੜੀ ਦਿਖ ਕੋਈ ਮਾਣ ਵਾਲੀ ਦਿਖ ਨਹੀਂ ਗਈ ਜੀ ਚਾਹੀਦਾ ਇਹ ਕਿ ਏਜੰਸੀਆਂ ਆਪਣਾ ਕੰਮ ਕਰਨ ਇੱਥੇ ਅਸੀਂ ਪੱਛਮੀ ਦੇਸ਼ਾਂ 'ਚ ਵੇਖਿਆ ਜਾਂਚ ਏਜੰਸੀਆਂ ਬਾਰੇ ਕੋਈ ਮੰਤਰੀ ਮੜੀ ਜਿਹੀ ਟਿੱਪਣੀ ਕਰ ਦੇਤੇ ਜੇ ਪ੍ਰੈਸ ਵਿੱਚ ਆ ਜਾਵੇ ਕਿ ਏਜੰਸੀਆਂ ਤੇਰੀਆਂ ਟਿੱਪਣੀਆਂ ਨਾਲ ਚੱਲਿਆ ਕਰਨੀਆਂ ਤੂੰ ਮੰਤਰੀਆਂ ਕੀਆਂ ਤੂੰ ਟਿੱਪਣੀ ਕਿਉਂ ਕੀਤੀ ਅਗਲੇ ਦਿਨ ਮੰਤਰੀਆਂ ਨੂੰ ਅਸਤੀਫਾ ਦੇਣੇ ਪੈ ਜਾਂਦੇ ਆ ਜਾਂ ਸਪਸ਼ਟਿਕਰਨ ਦੇਣਾ ਪੈਂਦਾ ਕਿ ਮੈਂ ਇਹ ਟਿੱਪਣੀ ਸਹਿਸਭਾ ਕੀਤੀ ਸੀ ਕਰਨ ਤੋਂ ਮੇਰਾ ਮਤਲਬ ਕੋਈ ਨਹੀਂ ਨਾ ਮੈਂ ਫੋਨ ਕੀਤਾ ਨਾ ਮੈਂ ਕਿਸੇ ਅਫਸਰ ਨੂੰ ਆਖਿਆ ਤੇ ਨਾ ਮੈਂ ਆਖਾਂਗਾ ਜੇ ਫਿਰ ਵੀ ਗਲਤੀ ਆ ਤੇ ਮੈਨੂੰ ਦੱਸ ਦਿਓ ਚਰਕੁੱਤੇ ਪਰਵਾਹੀ ਕੋਈ ਨਹੀਂ ਇਸ ਲੋਕਤੰਤਰ ਦੇ ਵਿੱਚ ਤਾਂ ਫ੍ਰੀ ਸਟਾਈਲ ਆ ਜਿਹੜਾ ਮਰਜ਼ੀ ਜਰੂਰ ਮਰਜ਼ੀ ਬੋਲੀ ਜਾਂਦਾ ਇੱਥੇ ਸੜਕਾਂ ਵਾਲਾ ਮੰਤਰੀ ਜਿਹੜਾ ਉਹ ਮੈਡੀਕਲ ਦੇ ਦਾਖਲਿਆਂ ਦੀ ਗੱਲ ਕਰਦਾ ਜਿਹੜਾ ਮੈਡੀਕਲ ਐਜੂਕੇਸ਼ਨ ਦਾ ਮੰਤਰੀ ਆ ਉਹ ਫੌਜਾਂ ਦੀ ਗੱਲ ਕਰਦਾ ਜਿਹੜਾ ਫੌਜਾਂ ਦੀ ਗੱਲ ਜਿਹਨੇ ਕਰਨੀ ਆ ਉਹ ਖੁਰਾਕ ਸਪਲਾਈ ਦੀ ਕਰਦਾ ਆਪੋ ਆਪਣਾ ਕੰਮ ਛੱਡ ਕੇ ਹਰ ਕੋਈ ਜਿੱਦ ਨੂੰ ਮਰਜੀ ਤਲਵਾਰਾਂ ਘੁਮਾਈ ਜਾਂਦਾ ਤੇ ਉਹ ਜਿਹੇ ਦੌਰ ਦੇ ਵਿੱਚ ਜਿਹੜੀ ਸਿਆਸਤ ਦੀ ਉਲਝਣ ਐਸੋੜੇ ਦੇਸ਼ ਵਿੱਚ ਬਣੀ ਪਈ ਹੈ ਕੇਂਦਰ ਦੇ ਪੱਦਰ ਉੱਤੇ ਵੀ ਆ ਰਾਜਾਂ ਦੇ ਪੱਦਰ ਉੱਤੇ ਵੀ ਆ ਹੇਠਾਂ ਤੱਕ ਚਲਦਿਆਂ ਚਲਦਿਆਂ ਇੱਕ ਇੱਕ ਹਲਕੇ ਦੇ ਪੱਦਰ ਉੱਤੇ ਵੀ ਆ ਉਸ ਉਲਝਣ ਦੇ ਵਿੱਚ ਕੇਂਦਰੀ ਏਜੰਸੀਆਂ ਦੇ ਅਫਸਰ ਤੇ ਸੂਬਿਆਂ ਦੀਆਂ ਏਜੰਸੀਆਂ ਦੇ ਅਫਸਰ ਵੀ ਮੈਨਿਕਲਾ ਕਲੇ ਕੇਂਦਰ ਵਾਲੇ ਸੂਬਿਆਂ ਦੀਆਂ ਏਜੰਸੀਆਂ ਦੇ ਵੀ ਇੱਕ ਗੰਦੀ ਰਵੈਤ ਕਾਮਰੇਡਾਂ ਨੇ ਚਲਾਈ ਸੀ ਪਛਮੀ ਮਿਗਾਲਚ ਕਿ ਵਿਧਾਨ ਸਭਾ ਹਲਕੇ ਤੇ ਪੁਲਿਸ ਦੀਆਂ ਸਬ ਡਿਵੀਜ਼ਨਾਂ ਇੱਕੋ ਕਰ ਦਿਓ ਇੱਕ ਇੱਕ ਐਮ ਐਲ ਏ ਉਹਦੇ ਨਾਲ ਇੱਕ ਇੱਕ ਡੀ ਐਸ ਪੀ ਲਾ ਦਿਓ ਆਪਣੀ ਮਰਜ਼ੀ ਦੇ ਚਾਰ ਪੰਜ ਐਸ ਐਚ ਓ ਰੱਖ ਕੇ ਤੇ ਐਮ ਐਲ ਏ ਦੇ ਕਹਿਣ ਤੇ ਜਿੰਨੂੰ ਮਰਜ਼ੀ ਫੜ ਦੇਵੇ ਜਿੰਨੂੰ ਮਰਜ਼ੀ ਕੁੱਟ ਦੇਵੇ ਤੇ ਜਿੱਥੇ ਆਪਣਾ ਐਮ ਐਲ ਏ ਨਹੀਂ ਵ੍ਰੋਧੀ ਪਾਰਟੀ ਦੇ ਐਮਐਲਏ ਉੱਥੇ ਹਲਕਾ ਇੰਚਾਰਜ ਲਾ ਦਿਓ। ਉਹ ਜਿਹੜੀ ਗੱਲ ਉੱਥੇ ਕਾਮਰੇਡਾਂ ਦੇ ਜਣੀ ਵਹਿ ਗਈ ਸੀ। ਉਹ ਖੇਡ ਆ ਕੇ ਪੰਜਾਬ ਦੇ ਵਿੱਚ ਡਿਪਟੀ ਮੁੱਖ ਮੰਤਰੀ ਬਣ ਕੇ ਸੁਖਵੀਰ ਸਿੰਘ ਬਾਦਲ ਨੇ ਸ਼ੁਰੂ ਕੀਤੀ ਤੇ ਪੰਜਾਬ ਵਿੱਚ ਕਾਲੀਆਂ ਦਾ ਪੱਠਾ ਬਿਠਾਉਣ ਚ ਉਹਦਾ ਰੋਲ ਸੀ ਕਿ ਹਰ ਐਮਐਲਏ ਨੂੰ ਕਹਤਾਂ ਕਿ ਤੇਰਾ ਹਲਕਾ ਤੇ ਡੀਐਸਪੀ ਦੀ ਸਬਡਿਵੀਜ਼ਨ ਇੱਕੋ ਵਾ ਤੂੰ ਆਪਣੀ ਮਰਜ਼ੀ ਦਾ ਡੀਐਸਪੀ ਵਾਲਾ ਤੇ ਮਰਜ਼ੀ ਦੇ ਐਸਐਚਓ ਵਾਲਾ ਜਿੰਨੂੰ ਮਰਜੀ ਅੱਧੀ ਰਾਤ ਨੂੰ ਚੁੱਕ ਲਿਆ ਕਰੋ ਚਕਵਾ ਦਿਆ ਕਰੋ ਛੁਡਾ ਦਿਆ ਕਰੋ ਜਿੱਥੇ ਐਮਐਲਏ ਕਾਲੀਆਂ ਦੇ ਨੇ ਸੀ ਉੱਥੇ ਹਲਕਾ ਇੰਚਾਰਜ ਲਾ ਦਿੱਤੇ ਹਲਕਾ ਇੰਚਾਰਜ ਜਿੰਨੇ ਹਲਕੇ ਹੋ ਗਏ ਕਿ ਹਰ ਇੱਕ ਨੂੰ ਵੱਡ ਖਾਣ ਪੈਂਦੇ ਸੋ ਉਹ ਖੇਡ ਡੱਗੋ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਰੱਖੀ ਸੀ ਤੇ ਮੈਂ ਸਮਝਦਾ ਕਿ ਹੁਣ ਵਾਲੀ ਸਰਕਾਰ ਨੂੰ ਕੋਈ ਨਾ ਕੋਈ ਰਾਹ ਕੱਢ ਕੇ ਤੋੜ ਦੇਣੀ ਚਾਹੀਦੀ ਆ ਨਹੀਂ ਤਾਂ 2 ਸਾਲ ਹੋ ਗਏ ਆ ਜੇ ਇਹ ਖੇਡ ਇਹਨਾਂ ਦੇ ਐਮਐਲਏ ਤੇ ਹਲਕਾ ਇੰਚਾਰਜ ਵੀ ਕਰਦੇ ਰਹਿਣ ਤੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੋਗ ਪਠੋਰੇ ਨੂੰ ਇਹ ਫਿਰ ਤੁਹਾਡੇ ਵਾਸਤੇ ਘਾਟੇ ਬੰਦਾ ਰਹੂਗਾ ਕੰਮ ਨਾ ਕਰਿਓ ਅਸੀਂ ਗੱਲ ਕਰਦੇ ਹਾਂ ਕੇਂਦਰੀ ਏਜੰਸੀਆਂ ਦੀ ਹੁਣ ਹੇਮਤ ਸਰੇਨ ਨੂੰ ਅੱਠ ਸਮਣ ਭੇਜ ਦਿੱਤੇ ਫਿਰ ਪਰਸੋਂ ਤੋਂ ਤੇ ਕੱਲ ਦਿੱਲੀ ਦੇ ਵਿੱਚ ਕਿਰਨ ਦਾ ਯਤਨ ਕਰਦੇ ਰਿਹਾ ਉਹ ਝਾਰਖੰਡ ਪਹੁੰਚ ਗਿਆ ਉੱਥੇ ਜਾ ਕੇ ਰਪਾਲਿਆ ਪੁੱਛ ਕੇ ਸ਼ੁਰੂ ਕਰਤੀ ਸਿੱਧਾ ਜਿਹਾ ਫਾਰਮੂਲਾ ਜਾਬਦਕ ਜੋ ਮਰਜ਼ੀ ਭਜਣਾ ਭਜਲਾ ਜਿੱਥੇ ਮਰਜ਼ੀ ਛੱਡਣਾ ਤੇ ਤੈਨੂੰ ਹੈ ਨਹੀਂ ਆਪਾਂ ਤੈਨੂੰ ਗ੍ਰਿਫਤਾਰ ਤੇ ਕਰਨੇ ਕਰਨਾ ਉਹ ਪਹਿਲਾਂ ਤੇ ਕਹਿੰਦਾ ਸੀ ਮੈਨੂੰ ਪਰਵਾਹ ਨਹੀਂ ਫਿਰ ਉਹਨਾਂ ਤਿਆਰੀਆਂ ਨੇ ਕਿ ਜੋ ਗਫਤਾਰ ਹੋ ਜਿੱਤੇ ਉਹਦੀ ਪਤਨੀ ਨੂੰ ਉਸੇ ਤਰ੍ਹਾਂ ਮੁੱਖ ਮੰਤਰੀ ਬਣਾਤਾ ਜਾਵੇ ਜਿਵੇਂ ਲਾਲੂ ਪ੍ਰਸਾਦ ਚਾਰਾ ਚੱਬਣ ਤੋਂ ਬਾਅਦ ਜੇਲ੍ਹ ਚਲਾ ਗਿਆ ਤੇ ਉਹਦੀ ਅਨਪੜ ਪਤਨੀ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਣਾਤਾ ਉਹ ਤੇ ਅਨਪੜ ਸੀ ਇਹਦੀ ਪਤਨੀ ਪੜ੍ਹੀ ਲਿਖੀ ਹੈ ਇੱਧਰ ਉਹ ਖੇਡ ਚੱਲਦੀ ਪਈ ਆ ਕਿ ਆਮ ਆਦਮੀ ਪਾਰਟੀ ਜਿੰਨੀ ਕੁ ਵੀ ਹੈਗੀ ਆ ਐਸ ਵੇਲੇ ਦੋ ਸੂਬਿਆਂ 'ਚ ਰਾਜ ਕਰਦੀ ਪਈ ਆ ਦਿੱਲੀ ਤੇ ਪੰਜਾਬ ਵਿੱਚ ਤੇ ਦੋ ਸੂਬਿਆਂ 'ਚ ਇਹਦੇ ਹੋਰ ਐਮ ਐਲ ਏ ਆ ਕਮੇ ਪਾਰਟੀਆਂ ਵਿੱਚੋਂ ਜਾਂ ਕਾਂਗਰਸ ਜਿਹੜੀ ਆ ਭਾਜਪਾ ਨੂੰ ਚੁੱਭਦੀ ਆ ਜਿਹੜੀ ਹੌਲੀ ਹੌਲੀ ਖੁਰਦੀ ਜਾ ਰਹੀ ਹੈ। ਜਾਂ ਇਹ ਆ ਜਿਹੜੀ ਉੱਠਣ ਲੱਗੀ ਸੀ ਤੇ ਉੱਠਦੀ ਦਾ ਰਾਹ ਰੋਕਣ ਵਾਸਤੇ ਸਾਰੇ ਪਾਸਿਆਂ ਤੋਂ ਸਪੀਡ ਬ੍ਰੇਕਰ ਲਾ ਦਿੱਤੇ ਆ। ਇਹਦੇ ਮੁਖੀ ਨੂੰ ਅਰਵਿੰਦ ਕੇਜਰੀਵਾਲ ਨੂੰ ਘੇਰਨ ਵਾਸਤੇ ਸਾਰਾ ਜੋਰ ਲਾ ਦਿਓ ਏਜੰਸੀਆਂ ਪਈ ਜਾਣ। 400 500 600 ਸੰਮਣ ਬਾਅਦ ਚ ਫਿਰ ਜਾਓ ਤੇ ਜੇ ਚੁੱਕ ਲਿਆ ਉਹ ਆਖੋ ਜੀ ਗ੍ਰਫਤਾਰ ਕਰ ਲਿਆ। ਜੇ ਸੰਮਣ ਦੇ ਉੱਤੇ ਉਹ ਪੇਸ਼ੀ ਭੁਗਤਣ ਵੀ ਗਿਆ ਤੇ ਇਹਨਾਂ ਨੇ ਗ੍ਰਫਤਾਰ ਉੱਥੇ ਵੀ ਕਰ ਲੈਣਾ ਇਹ ਆਮ ਲੋਕਾਂ ਦੀ ਰਾਏ ਕਰਦੇ ਕਿ ਨਹੀਂ ਕਰਦੇ ਸਾਨੂੰ ਕੀ ਪਤਾ ਪਰ ਲੋਕਾਂ ਦੀ ਰਾਏ ਆ ਕਿ ਇਹਨਾਂ ਨੇ ਕਰ ਲੈਣਾ ਆਮ ਆਦਮੀ ਪਾਰਟੀ ਵੀ ਇਹ ਕਹਿੰਦੀ ਆ ਕਿ ਸਾਡੇ ਕਨਵੀਨਦਰ ਨੂੰ ਇਹਨਾਂ ਨੇ ਗ੍ਰਿਫਤਾਰ ਕਰਨਾ ਚਾਹਣਾ ਤੋਂ ਪਹਿਲਾਂ ਪਹਿਲਾਂ ਇਹ ਪ੍ਰਭਾਵ ਕਿਉਂ ਬਣ ਗਿਆ ਕਿ ਜਾਂਚ ਏਜੰਸੀਆਂ ਜਾਂਚ ਨਹੀਂ ਕਰਨਗੀਆਂ ਕੇਂਦਰ ਸਰਕਾਰ ਦੇ ਹੁਕਮ ਦੇ ਉੱਤੇ ਜਿਹੜਾ ਬੰਦਾ ਕੇਂਦਰ ਵਾਲਿਆਂ ਦੀ ਅੱਖ 'ਚ ਕੁੱਕਰਾ ਬਣ ਕੇ ਰੜਕਦਾ ਉਹਨੂੰ ਆਪਾਂ ਫੜ ਕੇ ਅੰਦਰ ਦੇ ਹੀ ਦੇਣਾ ਇਹ ਵੀ ਖੇੜਿਆ ਇਹ ਬਹੁਤ ਮਾਰੂ ਆ ਜੀ ਇਹਿਤੋ ਜਾਚ ਏਜੰਸੀਆਂ ਨੂੰ ਪਰਹੇਰ ਕਰਨਾ ਚਾਹੀਦਾ ਪਰ ਉਹ ਕਰਦੀਆਂ ਨਹੀਂ ਮੇਰਾ ਕ ਹੁਣ ਜਿੱਦਾਂ ਕੱਲ ਤੇਜਸਵੀ ਜਾਦਵ ਦੀ ਪੁਛਗੈਸ਼ ਹੋਈ ਅੱਜ ਫੇਰ ਕਦੇ ਹੁੰਦੀ ਫਿਰਦੀ ਐ ਇਹ ਤਮਾਸ਼ਾ ਜਿਹੜਾ ਬਣਿਆ ਇਹ ਤੋਂ ਸਾਫ ਹੀ ਦਿਸਦਾ ਕਿ ਇੰਡੀਆ ਗੱਠਜੋੜ ਬਣਿਆ ਸੀ ਉਹ ਇੱਥੇ ਨਤੀਸ਼ ਕੁਮਾਰ ਨੂੰ ਆਪਣੇ ਬੰਦੇ ਦੇ ਤੌਰ ਤੇ ਫਸਾਇਆ ਸੀ ਕੋਸ਼ਿਸ਼ ਇਹ ਸੀ ਕਿ ਜੇ ਉਹ ਇੰਡੀਆ ਗੱਠਜੋੜ ਦਾ ਕਨਵੀਂਦਰ ਬਣ ਜੇ ਜਾਂ ਚੇਅਰਮੈਨ ਬਣ ਜੇ ਤੇ ਬਾਅਦ ਵਿੱਚ ਜਿਵੇਂ ਵਿਰੋਧੀਆਂ ਦਾ ਉਮੀਦਵਾਰ ਖੋ ਗਿਆ ਖੁਦ ਹੀ ਲੋ ਉਹਨੇ ਚੋਣ ਕਰ ਤੋ ਲੜਦੀ ਉਮੀਦਵਾਰ ਸਾਡਾ ਨਾ ਆ ਗਿਆ ਜੇ ਇੰਡੀਆ ਗੱਠ ਜੁਰ ਦਾ ਚੇਅਰਮੈਨ ਬਣਾਇਆ ਹੁੰਦਾ ਤੇ ਉਧਰ ਚਲ ਜਾਂਦਾ ਤੇ ਫਿਰ ਇੰਡੀਆ ਦਾ ਪੱਠਾ ਉਸੇ ਬਿਠਾ ਜਣਾ ਸੀ ਇਹਨਾਂ ਨਹੀਂ ਬਣਾਇਆ ਚੰਗਾ ਕੀਤਾ ਹੁਣ ਉਹ ਚਲਾ ਗਿਆ ਉਸ ਤੋਂ ਬਾਅਦ ਜਿਹੜੇ ਬਾਕੀ ਰਹਿੰਦੇ ਆ ਉਹ ਵੀ ਤਾਂ ਇੱਕ ਇੱਕ ਕਰਕੇ ਫੜਨੇ ਆ ਇਹ ਸਾਰਾ ਪ੍ਰਭਾਵ ਮੈਂ ਨਹੀਂ ਕਹਿ ਰਿਹਾ ਇਹਦਾ ਸਾਰੇ ਦੇਸ਼ 'ਚ ਪ੍ਰਭਾਵ ਬਣਦਾ ਜਾ ਰਿਹਾ ਇਹ ਕਿਸੇ ਦਿਨ ਉਲਟ ਢੇੜਾ ਵੀ ਦੇ ਸਕਦਾ ਲੋਕ ਕਿਸੇ ਦੇ ਖਰੀਦੇ ਨਹੀਂ ਹੁੰਦੇ ਮਤ ਕੋਈ ਸਮਝੇ ਕਿ ਧਰਮ ਦੇ ਨਾਤੇ ਵੋਟਾਂ ਮਿਲ ਜਾਣਗੀਆਂ ਬਿਲਕੁਲ ਕਦੇ-ਕਦੇ ਹੀ ਲੋਕ ਜਿਹੜਾ ਮੋਢਿਆਂ ਤੇ ਸਿਰ ਲੰਗਾ ਇਹਨਾਂ ਨਾਲ ਸੋਚਦੇ ਵੀ ਹੁੰਦੇ ਜੀ ਪਰ ਸਭ ਅੱਗੇ ਵੱਧਦੇ ਆ ਗੱਲ ਕਰਨੀਆਂ ਚੰਡੀਗੜ੍ਹ ਦੀ ਮੇਅਰ ਦੀ ਚੋਣ ਹੋਈ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਆਮ ਆਦਮੀ ਪਾਰਟੀ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਗੱਲ ਅਦਾਲਤ ਵਿੱਚ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 3 ਹਫ਼ਤਿਆਂ ਦਾ ਸਮਾਂ ਦੇ ਦਿੱਤਾ ਦੇਖਦੇ ਆ ਕੀ ਬਣਦਾ ਪਰ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਸਿਖਰਲੀ ਅਦਾਲਤ ਵੱਲ ਵੀ ਜਾਣਾ ਕਿਦਾਂ ਨੂੰ ਕਹਾਣੀ ਜਾਂਦੀ ਲੱਗਦੀ ਹੈ ਬਣੇਗਾ ਕੁਝ ਕਿ ਠੰਡੇ ਵਸਤੇ ਮਾਮਲਾ ਪੈ ਜਾਣਾ ਜੀ ਵੇਖੋ ਸਿਖਰਲੀ ਅਦਾਲਤ ਤੇ ਚਲ ਜਣ ਜਾਂ ਚੰਡੀਗੜ੍ਹ ਪੰਜਾਬ ਹਰਿਆਣਾ ਹਾਈ ਕੋਰਟ ਤੇ ਰਹਿਣ ਜੇ ਤੇ ਆ ਗਿਆ ਉਹਨਾਂ ਜੱਜ ਸਾਹਿਬਾਨ ਦੇ ਕੋਲ ਕੇਸ ਜਿਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਇਨਸਾਫ ਕਰਨਾ ਫਿਰ ਗੱਲ ਹੋ ਰਿਹਾ ਪਰ ਇਸ ਵੇਲੇ ਹਰ ਫੈਸਲਾ ਕਾਨੂੰਨ ਦੇ ਮੁਤਾਬਕ ਨਹੀਂ ਹੋ ਰਿਹਾ ਕੁਝ ਕਈ ਫੈਸਲੇ ਹੋ ਜਿਆ ਜਿਹੜੇ ਸਾਫ਼ ਹੀ ਦਿਸਦਾ ਕਿਸੇ ਦਬਾਤ ਥੱਲੇ ਕੀਤੇ ਗਏ ਜਾਂ ਪੱਖਪਾਤ ਕੀਤਾ ਗਿਆ ਇੱਕਦਾਨੀ ਬਹੁਤ ਸਾਰੇ ਹੋ ਜਿਹੇ ਫੈਸਲੇ ਹੁਣ ਕੱਲ ਨੂੰ ਕੀ ਹੁੰਦਾ ਕਿਹੜੇ ਜੱਜਾਂ ਕੋਲ ਕੇਸ ਹੁੰਦਾ ਕੋਈ ਪਤਾ ਨਹੀਂ ਸਾਡੇ ਸਾਹਮਣੇ ਪੱਛਮੀ ਗੱਲ ਦਾ ਅਭਿਸ਼ੇਕ ਬেনারਜੀ ਜਿਹੜਾ ਕੇਸ ਹੈ ਇੱਕੋ ਕੇਸ ਇੱਕ ਜੱਜ ਕਹਿੰਦਾ ਇਥੋਂ ਪੁਲਿਸ ਤੋਂ ਖੋ ਕੇ ਕੇਸ ਸੀਬੀਆਈ ਨੂੰ ਦੇ ਦਿਓ ਦੂਸਰਾ ਕਹਿੰਦਾ ਬਿਲਕੁਲ ਨਹੀਂ ਦੇਣਾ ਤੇ ਦੋਵਾਂ ਦੇ ਖਿੱਚੋ ਤਾਣ ਤੋਂ ਕੇਸ ਸੁਪਰੀਮ ਕੋਰਟ ਆਪਣੇ ਕੋਲ ਖਿੱਚ ਕੇ ਲੈ ਗਈ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਬੈਠੇ ਨੇ ਸਾਰੇ ਇੱਕੋ ਰਾਏ ਵਾਲੇ ਤਾਂ ਨਹੀਂ ਉੱਥੇ ਵੀ ਮਤ ਭੇਦ ਨੇ ਅੱਗੇ ਵੀ ਸਾਹਮਣੇ ਆਉਂਦੇ ਰਹੇ ਇਸੇ ਤਰ੍ਹਾਂ ਹੀ ਇੱਕ ਕੇਸ ਹੋਈ ਇਹ ਤੀਸਰਾ ਕੇਸ ਹੈ ਪਹਿਲਾ ਹਰਿਆਣਾ ਤੋਂ ਰਾਜ ਸਭਾ ਦੀ ਚੋਣ ਵਾਸਤੇ ਮੈਂ ਕੱਲ ਵੀ ਦੱਸਿਆ ਸੀ ਕਿ ਸੁਭਾਸ਼ ਚంద్రਾ ਜਿੱਦਾਂ ਜਿੱਤਿਆ ਸਿਆਹੀ ਵਾਲਾ ਪੈਨ ਨਹੀਂ ਬਦਲ ਤੱਕ ਮੁੜ ਕੇ ਆਖਿਆ ਸਿਆਹੀ ਨਹੀਂ ਮਰਦੀ ਤੇ ਜਿਹੜਾ ਆਰਕੇ ਨੰਦ ਸੀ ਸੁਪਰੀਮ ਕੋਰਟ ਦਾ ਵਕੀਰ ਉਹਨੂੰ ਹਰਾਉਣ ਵਾਸਤੇ ਦਲੀਲ ਇਹ ਦਿੱਤੀ ਗਈ ਕਿ ਤੈਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ 12 ਜਣਾਂ ਦੀ ਸਿਆਹੀ ਨਹੀਂ ਮਿਲਦੀ ਇਸ ਕਰਕੇ ਤੇਰੀਆਂ 12 ਵੋਟਾਂ ਰੱਦ ਘੱਟ ਵੋਟਾਂ ਵਾਲਾ ਸੁਭਾਸ਼ ਚੰਦਰਾ ਜਿਤਾਤਾ ਸੀ ਤੇ ਵੱਧ ਵੋਟਾਂ ਵਾਲਾ ਜਿਹੜਾ ਆਰਕੇ ਨੰਦ ਸੀ ਹਰਾਤਾ ਸੀ ਦਿੱਲੀ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਚ ਭਾਜਪਾ ਹਾਰ ਗਈ ਤੇ ਇਹਨਾਂ ਨੇ ਜਿਹੜੇ ਸੀਨੀਅਰਜ਼ ਦੇ ਨਾਂ ਤੇ 10 ਬੰਦੇ ਪਾਏ ਉਹਨਾਂ ਸੌਵੇਂ ਪਹਿਲਾਂ ਚੱਕਵਾ ਦਿੱਤੀ ਪੂਰੀ ਤਿਆਰੀ ਕਰਕੇ ਆ ਕਿ ਵੋਟਾਂ ਪਾਉਣਗੇ ਐਲਡਰਸ ਦੇ ਨਾਂ ਤੇ ਉਹ ਜੇ ਪਾ ਵੀ ਦਿੰਦੇ ਤਾਂ ਵੀ ਭਾਜਪਾ ਨੇ ਹਾਰਨਾ ਸੀ ਪਰ ਜ਼ੋਰ ਤੇ ਨਾ ਲਾਇਆ ਉਹ ਕਿੰਨੀ ਵਾਰੀ ਰੋਲਰ ਪਾ ਪਾ ਕੇ ਹੱਥੋਪਾਈ ਕਰਕੇ ਚੋਣ ਟਾਲੀ ਗਈ ਅਖੀਰ ਫਿਰ ਭਾਜਪਾ ਦਾ ਮੇਲ ਬਣ ਗਿਆ ਇਹ ਇਹਨਾਂ ਦੇ ਪੈਰ ਨਹੀਂ ਲੱਗੇ ਆਹ ਹੁਣ ਤੀਸਰੀ ਵਾਰ ਆ ਇਹਦੇ ਤੋਂ ਪਹਿਲਾਂ ਮਹਾਰਾਸ਼ਟਰ ਦੀ ਅਸੈਂਬਲੀ ਚ ਕਿਸੇ ਵਕਤ ਯੂਪੀ ਦੀ ਅਸੈਂਬਲੀ ਵਿੱਚ ਬੀਬੀ ਮਾਇਆਵਤੀ ਤੇ ਉਹਦੇ ਵਿਧਾਇਕਾਂ ਨੂੰ ਜਿਸ ਤਰ੍ਹਾਂ ਖੇੜਿਆ ਗਿਆ ਸੀ ਉਹਦੇ ਵਿਧਾਇਕਾਂ ਨੂੰ ਫੜ-ਫੜ ਕੇ ਕੁੱਟਿਆ ਗਿਆ ਸੀ ਮੇਜ਼ਾਂ ਥੱਲੇ ਲੰਮੇ ਪਾਪਾ ਕੇ ਕੁੱਟੇ ਸੀ ਉਹ ਵੀ ਐਸੇ ਇਸੇ ਤਰ੍ਹਾਂ ਇਹਦਾ ਨੇ ਜਿਹੜੀ ਉੱਤਰਾਖੰਡ ਦੀ ਅਸੈਂਬਲੀ ਹੈ ਉਹਦੇ ਵਿੱਚ ਕਾਂਗਰਸ ਦੇ ਹਰੀਸ਼ रावत ਨੂੰ ਲਾਉਣ ਵਾਸਤੇ ਕੀ ਨਹੀਂ ਸੀ ਕੀਤਾ ਸਭ ਕੁਝ ਕੀਤਾ ਸੀ ਹਾਈ ਕੋਰਟ ਦੇ ਜੱਜ ਵੀ ਸਟੈਂਡ ਲੈ ਗਏ ਸੁਪਰੀਮ ਕੋਰਟ ਦੇ ਵੀ ਫਿਰ ਮੋੜਾ ਘਟਨਾ ਪਿਆ ਉਸੇ ਨੂੰ ਕੁਰਸੀ ਤੇ ਬਿਠਾਉਣਾ ਪਿਆ ਗਿਆ ਪਰ ਜ਼ੋਰ ਤੇ ਲਾਇਆ ਸੀ। ਉਹ ਨਰਿੰਦਰ ਮੋਦੀ ਸਾਹਿਬ ਵਿਸ਼ਵਗੁਰੂ ਬਣਨ ਚੰਗੀ ਗੱਲ। ਪਰ ਜਿੰਨੇ ਵਿਸ਼ਵਗੁਰੂ ਬਣਨਾ ਜੇ ਕੱਲ ਨੂੰ ਕੋਈ ਇਹ ਆਖੇ ਕਿ ਵਿਸ਼ਵਗੁਰੂ ਸਾਹਿਬ ਤੁਹਾਡੇ ਆਪਣੇ ਦੇਸ਼ ਵਿੱਚ ਡੈਮੋਕ੍ਰੇਸੀ ਦੀ ਹਾਲਤ ਕੀ ਹੈ। ਜਵਾਬ ਤਾਂ ਦੇਣਾ ਪੂਗਾ ਨਾ ਕਿਸ ਨੂੰ ਕਿਸ। ਇਸ ਕਰਕੇ ਬਿਹਤਰ ਇਹ ਹੈ ਕਿ ਦੁਨੀਆ ਦੇ ਗੁਰੂ ਬਣਨ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਿੱਚ ਆਪਣੇ ਦੇਸ਼ ਵਿੱਚ ਜਿੱਥੇ ਅਨੇਚਰ ਤੋਂ ਰਾਜ ਕਰਦੇ ਪਏ ਅਗਲੀਆਂ ਚੋਣਾਂ ਫਿਰ ਆਉਂਦੀਆਂ ਪਈਆਂ। ਉਹਨਾਂ ਚੋਣਾਂ 'ਚ ਕੁਝ ਅਸੂਲਾਂ ਨੂੰ ਬਚਾ ਕੇ ਰੱਖਿਆ ਜਾਵੇ ਇਰਾਕੀ ਕਰਨੀ ਉਹਨਾਂ ਦਾ ਕੰਮ ਹੈ ਨਹੀਂ ਤੇ ਇਹ ਜੋ ਪਬਲਿਕ ਹੈ ਜੋ ਸਭ ਜਾਣਦੀ ਹੈ ਬਿਲਕੁਲ ਪੰਨ ਸਰ ਪਬਲਿਕ ਬਹੁਤ ਕੁਝ ਜਾਣਦੀ ਹੈ ਪੰਨ ਸਰ ਅੱਗੇ ਵੱਧਦੇ ਹੈ ਗੱਲ ਕਰਨੀ ਹੈ ਅਮਰੂਦਾਂ ਦੇ ਬਾਗ ਵਿੱਚੋਂ ਇੱਕ ਕਪੜੇ ਦੀ ਪਹਿਲਾਂ ਵੀ 110 ਦੇ ਕਰੀਬ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਕਰੋੜਾਂ ਰੁਪਏ ਦਾ ਇਹ ਕਪੜਾ ਦੱਸਿਆ ਜਾ ਰਿਹਾ ਪੰਜਾਬ ਦੇ ਕਈ ਸਾਬਕਾ ਅਫਸਰ ਤੇ ਕਈ ਉੱਚ ਅਫਸਰ ਉਹਨਾਂ ਦੀਆਂ ਧਰਮ ਪਤਨੀਆਂ ਵਿੱਚ ਸ਼ਾਮਲ ਨੇ ਇਹ ਮਾਮਲਾ ਕਿੱਧਰ ਨੂੰ ਜਾ ਰਿਹਾ ਜੀ ਕਿਹੜਾ ਅਮਰੂਦਾਂ ਦਾ ਬਾਗ ਅਮਰੂਦਾਂ ਦਾ ਬਾਗ ਹੀ ਕੋਈ ਨਹੀਂ ਸੁਪਨਿਆਂ ਦਾ ਬਾਗ ਸੀ ਜੀ ਉੱਥੇ ਲੋਕਾਂ ਨੂੰ ਪਤਾ ਇੱਥੇ ਅਮਰੂਦਾਂ ਦਾ ਕੋਈ ਬਾਗ ਨਹੀਂ ਆਮ ਲੋਕਾਂ ਨੂੰ ਉਥੋਂ ਤੇ ਪਤਾ ਸਾਡੇ ਵਰਗਾਂ ਨੂੰ ਹੀ ਪਤਾ ਮਾਫ ਕਰਨਾ ਮੈਂ 1973-74 ਚ ਮੁਹਾਲੀ ਉਦੋਂ ਵੇਖਿਆ ਜਦੋਂ ਮੁਹਾਲੀ ਨਿਕਾਜ ਜਾਂ ਪਿੰਡ ਹੁੰਦਾ ਸੀ ਸਿਰਫ ਤਿੰਨ ਫੈਕਟਰੀਆਂ ਉੱਥੇ ਹੁੰਦੀਆਂ ਸੀ ਇੱਕ ਪੰਜਾਬ ਟਰੈਕਟਰ ਲਿਮਟਿਡ ਇੱਕ ਆਨੰਦ ਬੈਟਰੀ ਜਿਹੜੇ ਬੈਟਰੀ ਦੇ ਸੈੱਲ ਬਣਾਉਂਦੇ ਸੀ ਤੇ ਇੱਕ ਮੋਲਿੰਸ ਇੰਡੀਆ ਲਿਮਟਿਡ ਜਿਹੜੇ ਸੈਕਟਰ ਬਣਾਉਂਦੇ ਉੱਤੇ ਆਈ ਕੱਖ ਨਹੀਂ ਸੀ ਤੇ ਖੇਤਾਂ ਵਿੱਚ ਇੱਕ ਟਿਊਬਵੈੱਲ ਤੇ ਮੇਰੇ ਮਿੱਤਰ ਕਮਰਾ ਕਰਾਇਆ ਤੇ ਲਿਖ ਕੇ ਰਹਿੰਦੇ ਸੀ ਮੈਂ ਉਹਨਾਂ ਕੋਲ ਰਾਤ ਰਿਆ ਸੀ ਮੁਹਾਰੀ ਤੇ ਚੰਡੀਗੜ੍ਹ ਦੇ ਵਿਚਾਲੇ 2.5 ਕਿਲੋਮੀਟਰ ਦਾ ਫਾਸਲਾ ਖੇਤਾਂ ਦੇ ਵਿੱਚ ਰੁੱਖ ਖੜੇ ਸਨ ਖੇਤ ਫਸਲਾਂ ਖੜੀਆਂ ਸਨ ਕਦੇ ਥੋੜੇ ਥੋੜੇ ਬਾਗ ਸਨ ਮੈਂ ਉਸ ਵਕਤ ਤੋਂ ਜਾਣਦਾ ਆ ਹੁਣ ਜਦੋਂ ਗਮਾੜਾ ਬਣ ਗਈ ਗ੍ਰੇਟਰ ਮੁਹਾਰੀਆ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਉਸ ਗ੍ਰੇਟਰ ਮੋਹਾਲੀ ਏਰੀਆ ਡਵੈਲਪਮੈਂਟ ਅਥਾਰਟੀ ਦੇ ਵਿੱਚ ਇਹੋ ਜਿਹੀ ਅਫਸਰ ਆ ਗਏ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਬੜੇ ਇਮਾਨਦਾਰ ਸਮਝਦੇ ਸੀ ਪਰ ਉਹ ਕਹਿੰਦੇ ਜੋ ਨਾ ਡਿੱਠਾ ਸੁਇਆ ਮਿੱਠਾ ਇਮਾਨਦਾਰੀ ਉਹਨਾਂ ਚਿਰ ਜਦ ਤੱਕ ਮੌਕਾ ਨਹੀਂ ਮਿਲਿਆ ਮੌਕਾ ਮਿਲਿਆ ਉਹੋ ਹੀ ਜ਼ਮੀਨਾਂ ਅਕਵਾਇਰ ਕਰਨ ਵਾਲੇ ਉਹੋ ਹੀ ਮੁੱਲ ਤੈਅ ਕਰਨ ਵਾਲੇ ਉਹੋ ਹੀ ਆਪਣੇ ਘਰ ਦੇ ਜੀਆਂ ਦੇ ਨਾਂ ਤੇ ਅਲਾਟਮੈਂਟਾਂ ਕਰਨ ਕਰਾਉਣ ਵਾਲੇ ਪੈਸੇ ਦਿਵਾਉਣ ਵਾਲੇ ਜ਼ਮੀਨਾਂ ਪਹਿਲਾਂ ਖਰੀਦ ਲੀਆਂ ਬਾਅਦ ਚ ਅਕਵਾਇਰ ਕਰ ਲੀਆਂ ਕਿਸੇ ਨੇ ਆਪਣੀ ਘਰਵਾਲੀ ਦੇ ਨਾਂ ਤੇ ਕਿਸੇ ਨੇ ਸੱਸ ਤੇ ਸਾਲੀ ਦੇ ਨਾਂ ਤੇ ਫਿਰ ਉਹਨਾਂ ਦੇ ਨਾਂ ਤੇ ਜਿਹੜੀਆਂ 30-40 ਲੱਖ ਲੀਆਂ ਜ਼ਮੀਨਾਂ ਸੀ ਉਹਦਾ 2-2 3-3 ਕਰੋੜ ਰੁਪਇਆ ਮੁੱਲ ਪਾ ਕੇ ਤੇ ਉਹਨਾਂ ਨੂੰ ਦੇ ਦਿੱਤੇ ਪਤੀ ਚੱਕ ਦੇਣ ਡਿਆ ਪਤਨੀ ਚੱਕ ਲੈਣ ਡੀ ਫਿਰ ਉਹਦੇ ਵਿੱਚ ਵੀ ਇਹ ਕਹਿ ਦਿੱਤਾ ਕਿ ਇੱਥੇ ਤੇ ਅਮਰੂਦਾਂ ਦੇ ਬਾਗ ਸੀ ਔਰ ਉਸ ਬਾਗ ਵਿੱਚ ਇੰਨੇ ਅਮਰੂਦ ਲਿਖ ਦਿੱਤੇ ਜਿੰਨੇ ਅਮਰੂਦ ਯੂਨੀਵਰਸਿਟੀ ਵੀ ਕਹਿੰਦੀ ਲੱਗ ਨਹੀਂ ਸਕਦੇ ਜੀ ਉਹ ਜਿਹੜਾ ਬਾਗਬਾਨੀ ਅਫਸਰ ਇਹੋ ਜੀਆਂ ਗੱਲਾਂ ਵਾਸਤੇ ਇਹਨਾਂ ਦਾ ਸਲਾਹਕਾਰ ਸੀ ਅਫਸਰਾਂ ਦਾ ਉਹ ਹੁਣ ਤੱਕ ਕਾਬੂ ਨਹੀਂ ਸਿਆ ਉਹਨਾਂ ਅਫਸਰਾਂ ਚੋਂ ਦੋ ਜਣੇ ਸੀਨੀਅਰ ਆਈਏ ਸਬ ਅਫਸਰ ਵੀ ਸੀ ਇੱਕ ਤੱਕ ਕਿਸੇ ਜ਼ਿਲ੍ਹੇ ਚ ਡਿਪਟੀ ਕਮਿਸ਼ਨਰ ਲੱਗਾ ਸੀ ਉਹ ਜਦੋਂ ਅਫਸਰਾਂ ਦੇ ਉੱਤੇ ਬਾਕੀ ਹਟਲਿਆਂ ਦੇ ਉੱਤੇ ਰੋਪ ਪਾਉਂਦਾ ਹੋਵੇਗਾ ਲੋਕਾਂ ਤੇ ਪਾਉਂਦਾ ਹੋਵੇਗਾ ਲੋਕੀ ਕਹਿੰਦੇ ਇਹੋ ਹੀ ਉਹ ਸਾਡੇ ਕੋਲ ਵੀ ਇੱਕ ਦਾ ਤਿੰਗੜਦਾ ਆਪਣੇ ਘਰ ਵਾਲੇ ਦੇ ਨਾਂ ਤੇ ਜਾਲੀ ਚੱਕ ਲਿਆਗਾ ਠਗੀਆਂ ਮਾਰਦਾ ਫਿਰਦਾ ਚੰਗਾ ਲੱਗਦਾ ਹੋਊਗਾ ਸ਼ਰਮ ਨਹੀਂ ਆਉਂਦੀ ਫਿਰ ਜਦੋਂ ਕੇਸ ਬਣ ਗਿਆ ਉਹ ਅਫਸਰ ਹਾਈ ਕੋਰਟ ਤੇ ਜ਼ਮਾਨਤਾਂ ਕਰਾਉਣ ਵਾਸਤੇ ਪਹੁੰਚ ਗਏ ਜੀ ਪੰਜਾਬ ਸਰਕਾਰ ਨੇ ਅਖਾਜੀ ਬਿਲਕੁਲ ਸਾਨੂੰ ਇਤਰਾਜ਼ ਹੀ ਕੋਈ ਨਹੀਂ ਤੁਸੀਂ ਇਹਨਾਂ ਨੂੰ ਜ਼ਮਾਨਤ ਦੇ ਦਿਓ ਪਰ ਸ਼ਰਤ ਤੱਕ ਇਹਨਾਂ ਕੋ ਪਹਿਲਾਂ ਡਿਆ ਪੈਸੇ ਲਏ ਆ ਗਲਤ ਇਹ ਤਾਂ ਜਮ੍ਹਾਂ ਕਰਾਉਣਾ ਖਜ਼ਾਨੇ 'ਚ ਕਿਸੇ ਤੋਂ 1 ਕਰੋੜ ਕੇਸ ਤੋਂ 2 ਕਰੋੜ ਕੇਸ ਤੋਂ 5 ਕਰੋੜ ਤੱਕ ਸ਼ਾਇਦ 35 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਪਰ ਜੋ ਦੱਸਿਆ ਜਾਂਦਾ ਬਾਕੀ ਵੀ ਕਰਾਉਣਾ ਚਾਹੀਦਾ ਇਹ ਮਰੂਦਾ ਦੀ ਸਾਰੀ ਖੇਡ ਖੇਡਣ ਵਾਲਾ ਜਿਹੜਾ ਛਰਾਰਤੀ ਬੰਦਾ ਸੀ ਹੁਣ ਤੱਕ ਲੁਕਿਆ ਫਿਰਦਾ ਸੀ ਕੱਲ ਕਾਬੂ ਆ ਗਿਆ ਉਹਦੇ ਆਉਣ ਤੋਂ ਬਾਅਦ ਕੀ ਕੁਝ ਹੁੰਦਾ ਕੀ ਨਹੀਂ ਅੱਗੋਂ ਖੇਡ ਕਿਧਰ ਨੂੰ ਜਾਂਦੀ ਸਾਨੂੰ ਨਹੀਂ ਪਤਾ ਪਰ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਉਹਨੂੰ ਕਈਆਂ ਥਾਵਾਂ ਤੇ ਫੋੜਾਪਾਲੀ ਕਰਨੀ ਪਣੀ ਇਕੱਲੀ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵਿੱਚ ਕੀ ਹੋਇਆ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਵਿੱਚ ਕੁਝ ਨਹੀਂ ਹੋਇਆ ਜੀ ਇਹ ਗਮਾਡਾ ਵਾ ਉਹ ਗਲਾਡਾ ਵਾ ਇੱਥੇ ਜਲੰਧਰ ਦੇ ਵਿੱਚ ਵੀ ਜਲੰਧਰ ਡਿਵੈਲਪਮੈਂਟ ਅਥਾਰਟੀ ਵਿੱਚ ਕੀ ਕੁਝ ਹੋਇਆ ਇੱਥੇ ਕਈਆਂ ਥਾਵਾਂ ਤੇ ਆਹ ਜਿਹੜੇ 15-15 ਸਾਲ ਪੁਰਾਣੇ 10-10 ਸਾਲ ਪੁਰਾਣੇ ਜਲੰਧਰ ਇੰਪਰੂਵਮੈਂਟ ਟਰਸਟ ਦੇ ਘਪਲੇ ਨਿਕਲਦੇ ਆ ਹਰ ਮਾਮਲੇ ਦੇ ਵਿੱਚ ਕੰਜ਼ਿਊਮਰ ਕੋਰਟ ਆ ਇੰਪਰੂਵਮੈਂਟ ਟਰਸਟ ਨੂੰ ਆਰਡਰ ਕਰੀ ਜਾਂਦੀਆਂ ਨੇ ਮੈਂ ਤੇ ਅੱਗੇ ਵੀ ਇੱਕ ਦਿਨ ਆਖਿਆ ਸੀ ਕਿ ਜਿੰਨੇ ਕਪਲੇ ਮੇਂ ਨਿਕਲਦੇ ਆ ਉਸ ਵਕਤ ਜਿਹੜਾ ਚੇਅਰਮੈਨ ਸੀ ਤੇ ਜਿਹੜਾ ایਓਸੀ ਇੰਪਰੂਵਮੈਂਟ ਰਸਟ ਦਾ ਉਹਨਾਂ ਦੋਵਾਂ ਤੇ ਪਰਚਾ ਦਰਜ ਕਰਾ ਦਿਓ ਰਿਕਵਰੀ ਦਾ ਕੇਸ ਪਾ ਦਿਓ ਕਿ ਆ ਕਰਕੇ ਤੁਸੀਂ ਗਿਆ ਸਿਆਪਾ ਸਾਡੇ ਗਲ ਪਿਆ ਤੁਸੀਂ ਘਰ ਬੈਠੇ ਆਰਾਮ ਨਾਲ ਕਢੋ ਤੇ ਪੈਸੇ ਜਿੱਦਾਂ ਇਹਨਾਂ ਆਈਐਸ ਅਫਸਰਾਂ ਤੋਂ ਕਢਾਈ ਉਹਨਾਂ ਤੋਂ ਵੀ ਕਢਾ ਲਓ ਬਿਲਕੁਲ ਇਹ ਸਭ ਥਾਂ ਤੇ ਇੰਨੇ ਕਾਲੇ ਮਾਲੇ ਹੋਏ ਆ ਔਰ ਇਹ ਬਹੁਤੇ ਕਾਲੇ ਮਾਲੇ ਜਿਹੜੇ ਆ 1992 ਚ ਬਿਆਨ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਅੱਜ ਤੱਕ ਦੇ ਸਮੇਂ ਚ ਇਹਨਾਂ 32 ਸਾਲਾਂ ਚ ਹੋਇਆ ਔਰ 32 ਸਾਲਾਂ ਚੋਂ ਵੀ ਅੱਧ ਪਿਛਲੇ 2 ਸਾਲਾਂ ਇਹਨਾਂ ਦੇ ਵਿੱਚ ਤੋਂ ਕੋਈ ਵਿਰਲਾਪਨ ਜਾਂ ਕੇਸ ਹੈ ਤਾਂ ਕਹਾ ਕਾਲੇ ਮਾਲਿਆਂ ਦਾ ਲੋਕੀ ਜਾਗਰਤ ਜਾਦੇ ਹੋਗੇ ਨਾਲ ਦੀ ਨਾਲ ਡੰਡਾ ਚੁੱਕ ਲੈਂਦੇ ਆ ਇੱਕ ਦੋ ਕੇਸ ਉੱਥੇ ਆਏ ਕਿਤੇ ਨਜਾਇਜ਼ ਕਬਜ਼ਿਆਂ ਦੇ ਕਿਸਾਨਾਂ ਰੇ ਦੀ ਕੋਠੀ ਤੇ ਜਨਤਾ ਦੇ ਬਾਤ ਥਲੇ ਛੱਡਨੇ ਪੈਗੇ ਪਰ ਜਿਹੜੇ ਪਿਛਲੇ ਆ ਉਹ ਇੱਕ ਇੱਕ ਕਰਕੇ ਸਾਰੇ ਦੇ ਸਾਰੇ ਨਿਬੇੜਨੇ ਚਾਹੀਦੇ ਆ ਮੈਂ ਸਮਝਦਾ ਕਿ ਸਰਕਾਰ ਤੇ ਵਿਜੀਲੈਂਸ ਦੀ ਇਹਨਾਂ ਕੇਸਾਂ ਨੂੰ ਸਿਰੇ ਲਾਉਣ ਦੀ ਤੌਰ ਢਿੱਲੀ ਆ ਅੱਗਾ ਛੇਰਦਾ ਤੇ ਪਿਛਾ ਗਿਦਰਦਾ ਵੀ ਨਹੀਂ ਜਾਵਦਾ ਜੇ ਤੁਸੀਂ ਇੱਕ ਕੇਸ ਸਿਰੇ ਨਾਲ ਲਾਏ ਤੇ ਲੋਕਾਂ ਦਾ ਭਰੋਸਾ ਨਹੀਂ ਵਜਣਾ ਇਹਨਾਂ ਕੇਸਾਂ ਨੂੰ ਸਿਰਫ ਲਮਕਾਈ ਨਾ ਜਾਓ ਫਾਈਲਾਂ ਦੀ ਗਿਣਤੀ ਨਾ ਗੜਾਈ ਜਾਓ ਕਿਸੇ ਸਿਰੇ ਵੀ ਲਾ ਕੇ ਵਿਖਾਓ ਨਹੀਂ ਤੇ ਲੋਕ ਕੱਲ ਨੂੰ ਮਜ਼ਾਕ ਉਡਾਉਣਗੇ ਜੀ ਦੇਖਦੇ ਆ ਪੰਨੂ ਸਾਹਿਬ ਕੀ ਬਣਦਾ ਅੱਗੇ ਵੱਧਦੇ ਗੱਲ ਕਰਨੀਆਂ ਐਲਨ ਮਸਕ ਦੀ ਕੰਪਨੀ ਦੀ ਪੰਨੂ ਸਾਹਿਬ ਐਲਨ ਮਸਕ ਦੀ ਕੰਪਨੀ ਨੇ ਇੱਕ ਚਿਪ ਤਿਆਰ ਕੀਤੀ ਹੈ ਇਨਸਾਨ ਦੇ ਦਿਮਾਗ ਦੇ ਵਿੱਚ ਫਿਟ ਕਰਨ ਲਈ ਤੇ ਕਹਿੰਦੇ ਆ ਕਿ ਕੁਝ ਹੱਦ ਤੱਕ ਉਹ ਸਫਲ ਵੀ ਹੋ ਗਿਆ ਹੈ ਇਹ ਲਗਾਉਣ ਦੀ ਜ਼ਰੂਰਤ ਕੀ ਪੈਗੀ ਤੇ ਇਹਨਾਂ ਆਉਣ ਵਾਲੇ ਸਮੇਂ 'ਚ ਕੀ ਪ੍ਰਭਾਵ ਪੈਂਦਾ ਲੱਗਦਾ ਜੀ ਦੇਖੋ ਮੈਂ ਇਹ ਦੱਸਾਂ ਕਿ ਜਦੋਂ ਕੰਪਿਊਟਰ ਦੇ ਨਵੇਂ-ਨਵੇਂ ਕਾਰਡ ਕੱਢੇ ਗਏ ਇਹਦੇ ਉੱਤੇ ਬੜੇ ਜੋਕ ਬੜੇ ਲਤੀਫੇ ਮਜ਼ਾਕ ਚੱਲੇ ਸਨ ਕਾਰਟੂਨ ਸਕੈਚ ਵੀ ਬਣੇ ਸਨ ਉਸ ਵਕਤ ਤੋਂ ਲੈ ਕੇ ਅਸੀਂ ਪਿਛਲੇ 40 ਸਾਲਾਂ ਤੋਂ ਇਹ ਵੇਖਦੇ ਆ ਰਹੇ ਹਾਂ ਪਰ ਇਹਦੇ ਵਿੱਚ ਬੜੀਆਂ ਗੱਲਾਂ ਸੁਣੀਆਂ ਗਈਆਂ ਇਹ ਵੀ ਸੁਣਿਆ ਗਿਆ ਕਿ ਇੱਕ ਕੰਪਿਊਟਰ ਆਵੇਗਾ ਜਿਹੜਾ ਤੁਹਾਡੇ ਲਈ ਰੋਟੀ ਬਣਾਵੇਗਾ ਦੂਜਾ ਆਵੇਗਾ ਜਿਹੜਾ ਤੁਹਾਡੇ ਟੇਬਲ ਤੇ ਸਜਾ ਕੇ ਰੱਖ ਦੇਗਾ ਤੀਸਰਾ ਆਵੇਗਾ ਤੁਹਾਨੂੰ ਪੁੱਛੇਗਾ ਰੋਟੀ ਖਾਣੀ ਜੇ ਤੂੰ ਨਾ ਕਰਤੀ ਤੇ ਤੁਹਾਡੇ ਸਿੱਧੀ ਰੋਟੀ ਵੀ ਕਾਹ ਜਾ ਕਰੇਗਾ ਇਦਾਂ ਦੇ ਛੁਟਕਲੇ ਬਣਦੇ ਸੀ ਵੇਖੇ ਇਹ ਵੀ ਬਣਦੇ ਵੇਖੇ ਕਿ ਜਿੱਦਾਂ ਚਿਰਾਗ ਚੋਂ ਕਹਿੰਦੇ ਸੀ ਜਨ ਨਿਕਲਦਾ ਉਹ ਕਹਿੰਦਾ ਮੈਨੂੰ ਕੰਮ ਦੱਸ ਦੱਸੀ ਗਏ ਦੱਸੀ ਗਏ ਜਦੋਂ ਕੰਮ ਬੋਕਿਓ ਨੇ ਆਖਿਆ ਕੰਮ ਦੱਸ ਤੇ ਮਾਲਕ ਕਹਿੰਦਾ ਕੰਮ ਤੇ ਹੁਣ ਹੈ ਨਹੀਂ ਤੇ ਉਹ ਕਹਿੰਦਾ ਮੈਂ ਤੇ ਕੰਮ ਕਰਨ ਵਾਸਤੇ ਆਇਆ ਜੇ ਤੂੰ ਕੰਮ ਨਾ ਦੱਸਿਆ ਮੈਂ ਤੈਨੂੰ ਖਾ ਜੂਗਾ ਇਹ ਜਦੋਂ ਕੰਪਿਊਟਰ ਨੂੰ ਕੋਈ ਕੰਮ ਨਾ ਦੱਸਿਆ ਤੇ ਬੰਦੇ ਦੇ ਦਿਮਾਗੇ ਵੀ ਹੋ ਸਕਦਾ ਜਿਹੜੇ ਬੰਦੇ ਨੇ ਇਹਨੂੰ ਬਣਾਇਆ ਉਹਦੇ ਦਿਮਾਗੇ ਵੀ ਹੋ ਸਕਦਾ ਇਹ ਵੀ ਗੱਲਾਂ ਚੱਲੀਆਂ ਫਿਰ ਇਹ ਵੀ ਚੱਲੀਆਂ ਕਿ ਇਸ ਕੰਪਿਊਟਰ ਨੂੰ ਤੁਸੀਂ ਹੌਲੀ ਹੌਲੀ ਦਿਮਾਗ ਦੇਈ ਜਾਂਦੇ ਆ ਜਿਹੜੀ ਚੀਜ਼ ਤੁਸੀਂ ਦੋ ਵਾਰੀ ਕਰਦੇ ਹੋ ਤੀਸਰੀ ਵਾਰੀ ਤੁਹਾਡੇ ਕਰਨ ਤੋਂ ਪਹਿਲਾਂ ਕੰਪਿਊਟਰ ਆਪੇ ਕਰ ਲੈਣਾ ਪੈਂਦਾ ਤੁਸੀਂ ਅੱਜ ਆਪਣੇ ਕੰਪਿਊਟਰ ਦੇ ਉੱਤੇ ਹੋਟਲ ਸਰਚ ਕਰ ਲਓ ਗੋਆ ਦਾ ਉਹ ਅਗਲੇ 10 ਦਿਨ ਲਗਾਤਾਰ ਗੋਆ ਦੇ ਵੀ ਤੇ ਗੋਆ ਦੇ ਆਸ-ਪਾਸੇ ਮੁੰਬਈ ਤੱਕ ਦੇ ਵੀ ਲਕਸ਼ਦੀਪ ਤੱਕ ਦੇ ਵੀ ਸਾਰੇ ਹੋਟਲ ਦੱਸੀ ਜਾਂਦਾ ਤੇ ਜੇ ਅੱਜ ਤੁਸੀਂ ਜਰਮਨੀ ਦਾ ਚੈੱਕ ਕਰ ਲੋ ਤੇ ਅਗਲਾ 1 ਹਫਤਾ 10 ਦਿਨ ਉਹ ਜਰਮਨੀ ਦੇ ਨਾਲ ਨਾਲ ਸਵਿਟਜ਼ਰਲੈਂਡ ਸਪੇਨ ਇਟਲੀ ਦੇ ਸਾਰੇ ਹੋਟਲ ਇੰਗਲੈਂਡ ਤੱਕ ਦੇ ਦੱਸੀ ਜਾਂਦਾ ਇੱਕ ਦਿਨ ਤੁਸੀਂ 에ਰਲਾਈਨ ਦੀ ਟਿਕਟ ਚੈੱਕ ਕਰ ਲੋ ਅਗਲੇ 10 ਦਿਨ ਉਹ 에ਰਲਾਈਨਾਂ ਦੇ ਟਿਕਟਾਂ ਤੁਹਾਡੇ ਤੁਸੀਂ ਆਪਣੇ ਮੇਲ ਖੋਲਦੇ ਆ ਨਾਲ ਉਹਨਾਂ ਦੀ ਆਰਡ ਆਈ ਜਾਂਦੀ ਫਲਾਣੇ ਦੀ ਵੀ ਟਿਕਟ ਬੜੀ ਸਸਤੀ ਹੈ ਇਹ ਨੂੰ ਪੁੱਛਿਆ ਆਪੇ ਦੱਸ ਜਾਂਦਾ ਜਿਹੜਾ ਇਹ ਇਸ ਤਰ੍ਹਾਂ ਦਾ ਕੰਪਿਊਟਰ ਦਾ ਸਿਸਟਮ ਹੈ ਨੈੱਟਵਰਕ ਜਿਹੜਾ ਇਹ ਜਿੰਨੀ ਚੱਪ ਤਰੱਕੀ ਕਰ ਰਹੀ ਹੈ ਪਿਛਲੇ ਸਾਲ ਚੀਨ ਵਾਲਿਆਂ ਨੇ ਇੱਕ ਕੁੜੀ ਬਣਾ ਲਈ ਜਿਹੜੀ ਕੁੜੀ ਖਬਰਾਂ ਪੜ੍ਹਦੀ ਸੀ ਬੜੇ ਖੁਸ਼ ਹੈ। ਔਰ ਜਿਹੜੇ ਖਬਰਾਂ ਪੜ੍ਹਨ ਵਾਲੇ ਐਂਕਰ ਸੀ ਉਹ ਵੀ ਖੁਸ਼ ਹੋਏ ਪਰ ਕੁਝ ਘੰਟਿਆਂ ਵਾਸਤੇ ਉਸੇ ਵੇਲੇ ਉਹਨਾਂ ਨੂੰ ਚਿੰਤਾ ਹੀ ਹੋ ਗਈ। ਕਿ ਜਦੋਂ ਐਹੋ ਜੀਆਂ ਕੁੜੀਆਂ ਆ ਗਈਆਂ ਜਿਹੜੀਆਂ ਅਸਲੀ ਨਾਲੋਂ ਸੋਹਣੀਆਂ ਜਾਪਦੀਆਂ ਹੋਈਆਂ ਤੇ ਬੜੀ ਵਧੀਆ ਬੋਲੀ 'ਚ ਖਬਰਾਂ ਪੜ੍ਹਦੀਆਂ ਹੋਈਆਂ ਤੇ ਸਾਡੇ ਢਿੱਡ ਤੇ ਲੱਤੋ ਜਨੇ ਸਾਨੂੰ ਫਿਰ ਕੌਣ ਰੱਖੂਗਾ ਰੋਟੀ ਅਸੀਂ ਕਿੱਥੋਂ ਕਾਣੀ ਹੈ। ਇਹ ਤੇ ਉੱਥੋਂ ਤੱਕ ਸੀ। ਹੁਣ ਆਹ ਕੰਪਿਊਟਰ ਦੀ ਚਿਪ ਲੱਗ ਗਈ ਆ ਦਿਮਾਗ 'ਚ। ਲਾਈਕਿ ਠੀਕ ਕੰਮ ਵਾਸਤੇ ਉਹ ਕਹਿੰਦੇ ਜੀ ਜਿਨ੍ਹਾਂ ਦੇ ਅਧਰੰਗ ਹੈ ਜਾਂ ਕੋਈ ਹੋਰ ਸਮੱਸਿਆ ਨਰਵਸ ਸਿਸਟਮ ਦੀ ਹੈ ਨਿਊਰੋਦੀ ਸਮੱਸਿਆ ਉਹਨਾਂ ਦੇ ਦਿਮਾਗ ਵਿੱਚ ਲੱਗੀ ਹੋਵੇ ਤੇ ਉਹਨਾਂ ਨੂੰ ਜ਼ਿੰਦਗੀ ਸੁਖਾਲੀ ਕਰਨ ਵਾਸਤੇ ਇਹ ਮਦਦ ਕਰੇਗਾ ਪਰ ਮਦਦ ਕਰਵਾਉਂਦੇ ਬਹੁਤ ਸਾਰੇ ਚੀਜ਼ਾਂ ਬੰਦੇ ਨੇ ਜਦੋਂ ਚਾਕੂ ਦੀ ਕਾੜ ਕੱਢੀ ਸੀ ਕਰਨ ਦੇ ਕਾੜ ਕੱਢੀ ਸੀ ਆਪਣੇ ਭਲੇ ਵਾਸਤੇ ਕੱਢੀ ਸੀ ਲੋਕਾਂ ਦੇ ਕਤਲ ਕਰਨ ਵਾਸਤੇ ਸੀ ਕੱਢੀ ਬਾਅਦ ਚੋਂ ਤੇ ਤਲਵਾਰ ਬਣ ਗਈ ਉਸ ਤੋਂ ਬਾਅਦ ਕਿੰਨੀਆਂ ਹੋਰ ਚੀਜ਼ਾਂ ਬਣ ਗਈਆਂ ਤਿੱਖੀਆਂ ਚੀਜ਼ਾਂ ਨਾਲ ਕਤਲ ਹੋਣ ਲੱਗ ਪੈਨ ਇਹੋ ਜੀ ਚਿਪ ਦੀ ਦੂਰ ਵਰਤੋਂ ਲੱਗ ਪਈ ਜੇ ਕੱਲ ਨੂੰ ਕੰਪਿਊਟਰ ਨੇ ਹੀ ਦੂਰ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਜੇ ਤੱਕ ਤੇ ਅਸੀਂ ਕਹਿੰਨੇ ਦੂਸਰੀਆਂ ਧਰਤੀਆਂ ਤੋਂ ਏਲੀਨ ਜਾਂਉਂਦੇ ਮੁੜ ਕੇ ਏਲੀਨਸ ਛੱਡੋ ਸਾਡੇ ਆਪਣੇ ਘਰ ਤੋਂ ਸਾਡੀ ਆਪਣੀ ਧਰਤੀ ਤੋਂ ਇਹੋ ਜੇ ਏਲੀਨ ਪੈਦਾ ਹੋ ਜਣੇ ਜਿਹੜੇ ਕੰਟਰੋਲ ਨਹੀਂ ਹੋ ਸਕਣੇ ਇਹ ਬੰਦਾ ਆਪਣੇ ਆਪ ਨੂੰ ਇਹੋ ਵਹਿਮ ਪਾਲੀ ਜਾਂਦਾ ਆਪਣੇ ਦਿਮਾਗ 'ਚ ਰੱਖੀ ਬੈਠਾ ਕਿ ਸਭ ਕੁਝ ਮੇਰੇ ਕੰਟਰੋਲ 'ਚ ਹੈ ਸਭ ਕੁਝ ਉਹਦੇ ਕੰਟਰੋਲ 'ਚ ਹੈ ਨਹੀਂ ਜਿਹਦੇ ਹੱਥ 'ਚ ਕੰਟਰੋਲ ਦੇ ਕੇ ਤਮਾਸ਼ਾ ਵੇਖਣਾ ਚਾਹੁੰਦਾ ਜਿਸ ਦਿਨ ਉਹਦੇ ਹੱਥ 'ਚ ਮੁਕੰਮਲ ਕੰਟਰੋਲ ਆ ਗਿਆ ਉਸ ਦਿਨ ਬੰਦਾ ਵੀ ਫਿਰ ਉਹਦਾ ਕਰਿੰਦਾ ਬਣ ਜੇਗਾ ਉਹਨੂੰ ਬੰਦੇ ਦੀ ਲੋੜ ਵੀ ਰਹੇਗੀ ਕਿ ਉਹ ਆਖੇਗਾ ਚੱਲ ਹੁਣ ਤੂੰ ਤੁਰਦਾ ਬਣ ਇਹ ਵੀ ਹੋ ਸਕਦਾ ਕਿ ਇਹਨੂੰ ਪਾਸੇ ਕਰ ਦੇਵੇ ਬਚਣਾ ਚਾਹੀਦਾ ਇੱਕ ਹੱਦ ਤੋਂ ਵੱਧ ਇਹੋ ਜੀਆਂ ਖੋਜਾਂ ਨਹੀਂ ਕਰਨੀਆਂ ਚਾਹੀਦੀਆਂ ਪਰ ਜਿਹੜੀਆਂ ਕੀਤੀਆਂ ਨੇ ਉਹ ਸੌ ਹੱਥਾਂ 'ਚ ਰਹਿਣੀਆਂ ਚਾਹੀਦੀਆਂ ਉਹ ਕਹਿੰਦੇ ਹੁੰਦੇ ਸੀ ਪੁਰਾਣੇ ਵੀ ਜੇ ਗਲਤ ਹੱਥਾਂ 'ਚ ਤੇਲੀ ਆ ਜਾਵੇ ਤੇ ਦੁਨੀਆਂ ਨੂੰ ਅੱਗ ਲਾ ਸਕਦਾ ਜੀ ਪੰਛਾ ਤੁਸੀਂ ਕੰਟਰੋਲ ਤੇ ਤਮਾਸ਼ੇ ਦੀ ਗੱਲ ਕੀਤੀ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸੱਤਾ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਤਮਾਸ਼ਾ ਬਣ ਕੇ ਰਹਿ ਗਿਆ ਹੁਣ ਦੋ ਕੇਸਾਂ ਦੇ ਵਿੱਚ ਸਜ਼ਾ ਹੋਈ ਹੈ 8 ਸਾਲ ਤੇ 10 ਸਾਲ ਦੀ ਕਹਿੰਦੇ ਸਜ਼ਾ ਹੋਈ ਹੈ ਇਹ ਕਿਹੜਾ ਮਾਮਲਾ ਸੀ ਨਾਲ ਧਰਮ ਪਤਨੀ ਨੂੰ ਵੀ ਕਹਿੰਦੇ ਸਜ਼ਾ ਹੋ ਗਈ ਪਹਿਲਾਂ ਇੱਕ ਕੇਸ 'ਚ 2 ਸਾਲ ਹੋਈ ਸੀ ਕੱਲ ਜਿਹੜਾ ਸਾਈਬਰ ਕੇਸ ਹੈ ਉਹ ਜਿਹੜਾ ਖੁਫੀਆ ਸੂਚਨਾਵਾਂ ਸਿਰਫ ਪ੍ਰਧਾਨ ਮੰਤਰੀ ਤੇ ਸੀਮਤ ਬੰਦਿਆਂ ਤੱਕ ਚਾਹੀਦੀਆਂ ਸੀ ਇਹਨਾਂ ਨੇ ਜਲਸੇ 'ਚ ਪੜ ਦਿੱਤੀਆਂ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੋਰਾਸੀ ਨੇ ਬਾਅਦ ਚ ਪੁੱਛਿਆ ਉਹ ਹੈ ਕਿੱਥੇ ਆ ਫਾਈਲਾਂ ਚਲਵਦੀਆਂ ਨਹੀਂ ਕਹਿੰਦੇ ਉੱਥੇ ਕਈ ਭਉਂਦੀਆਂ ਸਾਨੂੰ ਕੀ ਪਤਾ ਉਹ ਕਹਿੰਦੇ ਤੁਹਾਨੂੰ ਹੀ ਤੇ ਪਤਾ ਤੁਸੀਂ ਫਾਈਲਾਂ ਕੱਢ ਕੇ ਉੱਥੇ ਲਿਆ ਕੇ ਇੱਥੇ ਰੈਲੀ ਚ ਪੜੀਆਂ ਤੁਹਾਨੂੰ ਨਹੀਂ ਪਤਾ ਇਹ ਕੁਪੀਆ ਦਸਤਾਵੇਜ਼ ਜਾਂ ਤੁਸੀਂ ਬਾਹਰ ਨਹੀਂ ਪੜ ਸਕਦੇ ਉਹ ਚ 10 10 ਸਾਲ ਕੈਦ ਹੋਈ ਸੀ ਅੱਜ ਉਹ Imran Khan ਤੇ ਉਹਦੀ ਪਤਨੀ ਪਤਨੀ ਤੀਸਰੀ ਕਿ ਚੌਥੀ ਕਿੰਨੀ ਮਿਲਣੀ ਪਤਾ ਕਿੰਨੀ ਆ ਟੁਰਣਾ ਟੁਰਨੇ ਕਰਦੀ ਆ ਬੀਬੀ ਉਹਨੂੰ ਦੋਵਾਂ ਨੂੰ ਅੱਜ ਫਿਰ ਉਹ ਸਜ਼ਾ ਹੋ ਗਈ ਹੈ ਤੇ ਹੋਈ ਵੀ 14 14 ਸਾਲ ਆ ਕਾਫੀ ਚੋਕੀ ਸਜ਼ਾਈ ਹੋ ਗਈ ਹੈ ਜੇ ਦੋ ਪਹਿਲੇ ਹੁਣ 10 ਬਾਅਦ ਤੇ ਹੁਣ ਤੇ 14 ਇਹ ਹੋ ਗਏ 26 ਸਾਲ ਤਾਈ ਹੋ ਗਏ ਇਹ ਵੀ ਨਹੀਂ ਪਤਾ ਸਾਰੀਆਂ ਸਜਾਵਾਂ ਇਕੱਠੀਆਂ ਚਲਣੀਆਂ ਕਿ ਅੱਡ-ਅੱਡ ਪਰ ਜੇ ਕੱਲ ਨੂੰ ਕਿਸੇ ਮੋੜ ਤੇ ਜਾ ਕੇ ਇਹਦਾ ਫੌਜ ਨਾਲ ਸਮਝੌਤਾ ਹੋ ਗਿਆ ਸਜਾਂ ਤੇ ਅਮਰਾ ਉਹਨਾਂ ਨਿਵਾਜ਼ ਸ਼ਰੀਫ ਨੂੰ ਵੀ ਹੋਈ ਸੀ ਜਦੋਂ ਇਹ ਪ੍ਰਧਾਨ ਮੰਤਰੀ ਬਣਿਆ ਉਦੋਂ ਨਿਵਾਜ਼ ਸ਼ਰੀਫ ਜੇਲ੍ਹ ਸੀ ਬਾਅਦ ਚ ਉਹਦਾ ਸਮਝੌਤਾ ਹੋ ਗਿਆ ਫੌਜ ਨਾਲ ਤੇ ਇਹ ਜੇਲ੍ਹ ਚ ਹੋਇੜਾ ਮੁਹਾਵਰਾ ਨਾ ਕਦੇ ਗੱਡੀ ਬੇੜੀ ਤੇ ਤੇ ਕਦੇ ਬੇੜੀ ਗੱਡੀ ਤੇ ਇਹਨਾਂ ਚੋਂ ਪਤਾ ਨਹੀਂ ਕੌਣ ਕਿਹਦੇ ਨਾਲ ਫੌਜ ਨਾਲ ਜਿਹਦਾ ਸਮਝੌਤਾ ਹੋ ਜੇ ਉਹ ਦੂਸਰੇ ਨੂੰ ਪਲਟੀ ਮਾਰ ਜਾਂਦਾ ਜੇ ਕੱਲ ਨੂੰ ਸਮਝੋਤਾ ਹੋ ਗਿਆ Imran Khan ਦਾ ਉਹਦੀਆਂ ਸਜ਼ਾਵਾਂ ਮਾਪੋ ਜਣੀਆਂ ਤੇ ਜਿਹੜੇ ਸਜ਼ਾਵਾਂ ਦਵਾਉਣ ਵਾਲੇ ਆ ਅੱਜ ਜਿਹੜੇ ਜੱਜਾਂ ਨੂੰ ਅਦਾਲਤਾਂ ਨੂੰ ਵਰਤ ਕੇ ਸਾਰਾ ਕੁਝ ਕਰਦੇ ਪਿਆ ਭਲਕ ਨੂੰ ਉਹ ਅੱਖਾਂ 'ਚ ਘਸੌਣ ਦੇ ਕਰ ਰਿਹਾ ਕਰਨਗੇ ਇਹ ਸਥਿਤੀਆਂ ਇਹੋ ਜਿਹੀਆਂ ਬਣ ਜਾਣੀਆਂ ਨੇ ਕਿ ਕੱਲ ਨੂੰ ਅੱਜ ਉਹਦੇ ਖਿਲਾਫ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਜੇ ਕੱਲ ਨੂੰ ਨਵਾਜ਼ਦੀ ਪ੍ਰਧਾਨ ਮੰਤਰੀ ਬਣ ਗਿਆ ਉਹ ਸਾਰੀਆਂ ਪਾਰਟੀਆਂ Imran ਦੇ ਨਾਲ ਇਕੱਠੀਆਂ ਹੋ ਜਾਣੀਆਂ ਜਿਹੜਾ ਸਿਸਟਮ ਹੀ ਆ ਕਿ ਇੱਕ ਜਿਹੜਾ ਗੱਡੀ ਤੇ ਬਹਿੰਦਾ ਤੇ ਬਾਕੀ ਸਾਰੇ ਉਹਦੇ ਖਿਲਾਫ ਕੱਟੇ ਹੋ ਜਾਂਦੇ ਆ ਐਸ ਵੇਲੇ Imran Khan ਇਹ ਜਿੰਨੀਆਂ ਮਰਜੀ ਸਜਾਵਾਂ ਦੇ ਜਾਣ ਜੇ ਆਮੋ ਸਾਹਮਣੇ ਚੋਣ ਹੋਵੇ ਤੇ ਦੇਸ਼ ਦੇ ਲੋਕਾਂ 'ਚ Imran Khan ਇਕੱਲੇ ਦਾ ਅਕਸ ਇਹਨਾਂ ਸਾਰਿਆਂ ਤੋਂ ਵਧੀਆ ਹੈ ਉਹ ਵੀ ਕਰਪਟ ਹੈ ਵੀ ਕਰਪਟ ਨੇ ਪਰ ਉਹਦਾ ਅਕਸ ਇਹਨਾਂ ਤੋਂ ਚੰਗਾ ਇਸ ਕਰਕੇ ਇਹ ਉਹਨੂੰ ਚੋਣਾਂ ਵਿੱਚ ਆਉਣ ਨਹੀਂ ਦੇਣਾ ਚਾਹੁੰਦੇ ਅੱਗੋਂ ਪਤਾ ਨਹੀਂ ਕੀ ਹੋਵੇਗਾ ਦੇਖਦੇ ਆਪਾਂ ਸਭ ਹਾਲਾਤ ਕਿੱਦਾਂ ਨੂੰ ਜਾਂਦੇ ਨੇ ਪਰ ਵੇਲਾ ਸਾਡੇ ਜਾਣਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਇਸਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਬਰਾਂ ਤੇ ਚਰਚਾ ਕੀਤੀ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ